देखो अज मैं पहला देश नूं गल कहना चाहना देश नूं अज चाहे सानूं अज बड़ी शर्म आ रही है असीं तिहाड़ जेल दे बाहर खड़े हैं बड़ी शर्म आ रही है क्योंकि अज देश नूं इह गल समझ आउणी चाहीदी आ कि इह कौण ने इह आर्मी दे जवान ने जिन्हां ने देश दा सीना चौड़ा कीता है सरदार गुरमुख सिंह जी जिन्हां ने पाकिस्तान दे खिलाफ लड़ाई जंग लड़ी और उस जंग दे अंदर पाकिस्तान दे 80,000 सैनिकां नूं घुटनियां ते लिआंदा होवे अज उहनां लोकां नूं जेलां च डक्या गया है सानूं बड़ा दुख आ साडे ऐसे बजुर्ग आओ जी गुरमुख सिंह जी आओ इधर आओ साडे ऐसे बजुर्ग सरदार गुरमुख सिंह जी ते सरदार जीत सिंह जी सानूं बड़ा दुख है इस गल दा कि इहनां लोकां ने अपनी जिंदगी देश दे वास्ते लड़ाई लड़न च लाई और अज जेलां दे अंदर धक्क के जिस तरह की तशद्दुद कीती गई जिस तरह के माड़े बोल बोले गए जिस तरह के इन्हां बजुर्गों के उत्ते डंडा मारे मारे गए और गालां कढ़ियां गईयां अत्तवादी वक्खवादी किया गया ये साडे देश के लोगों के वास्ते शर्म की गल मैं देश के लोगों को जरूर कहना चाहना कि देखो अज इन्हां दा तुसीं देखो तुहानूं अत्तवादी दिखते हैं आ बजुर्ग तुहानूं वक्खवादी दिखते हैं जिन्हां ने पाकिस्तान नूं देश वासियों इन्हां ने पाकिस्तान नूं घुटनियां ते लिआंदा सी 90,000 पाकिस्तान की आर्मी 6-6, 7-7 फुट के पाकिस्तान के जवान 90,000 का उन्होंने हैंडअप करा के जनरल हैंडअप करा के हैंडअप करा के उनका जो जो हथियार थे ऐसे नीचे इतना बड़ा गड़ा लग गया जो तो आप हमको साहब बड़े इमोशनल हो रहे हैं जीत सिंह जी इस पहले की गल होनी थी पूरा ब्रीफ जरूर करो भावुक हो रहे हो तुम बड़े भावुक होना जायज है जी कितना इतना दर्द तुम देखो ना कादे लिए किस लिए अपने मन च सोच रहे ने बे किस लिए पेंट भी जाके कितों लई आ उतो साडी गड्डी भी चेन सेवा च आए हो सेवादार अपने लंगर च भी सेवा करते रहे गुरुद्वारे वाले च भी अपना अमृतसर किसान यूनियन दे लंगर च भी रोटी खांदे चल जाके बोल के बेइज्जती करते रहे ਸਾਡੇ ਚੈਸਟਰ ਸ਼ਿਸਟਰ ਸਭ ਕੁਝ ਲਾ ਰੱਖਿਆ ਦੇਖੋ ਗੁੱਸਾ ਇਸ ਗੱਲ ਦਾ ਵੀ ਆ ਫਿਰ ਵਰਡ ਸੁਣੋ ਤੁਸੀਂ ਕਿ ਬੇਇੱਜ਼ਤੀ ਕਰਦੇ ਰਹੇ ਗੱਲ ਯਾਰ ਮਾਰ ਦੀ ਗੱਲ ਲੜਾਈ ਦੀ ਗੱਲ ਅੰਦਰ ਦੇਣ ਦੀ ਨਹੀਂ ਗੱਲ ਆ ਕਿ ਤੁਸੀਂ ਹਿਊਮੀਲੇਟ ਕਰਦੇ ਪਏ ਜੇ ਇੱਕ ਆਰਮੀ ਦੇ ਐਸੇ ਜਵਾਨਾਂ ਨੂੰ ਜਿਹੜੇ ਅੱਜ ਰੋਣ ਨੂੰ ਮਜਬੂਰ ਹੋ ਗਏ ਜਿਨ੍ਹਾਂ ਨੇ ਦੇਸ਼ ਦੇ ਵਾਸਤੇ ਐਡੀ ਲੜਾਈ ਲੜੀ ਅੱਜ ਜਿਹਨਾਂ ਦੇ ਹੰਝੂ ਦੇਖਦੇ ਹਾਂ ਅਤੇ ਮੈਨੂੰ ਲੱਗਦਾ ਦੇਸ਼ ਦੇ ਲੋਕਾਂ ਨੂੰ ਜ਼ਰੂਰ ਸ਼ਰਮ ਆ ਰਹੀ ਹੋਊਗੀ ਅੱਜ ਇਹਨਾਂ ਸਾਡੇ ਵੀਰਾਂ ਦੇ ਹੰਝੂ ਦੇਖ ਕੇ ਜ਼ਰੂਰ ਇਸ ਗੱਲ ਦਾ ਮਹਿਸੂਸ ਹੋ ਰਿਹਾ ਹੋਊਗਾ ਕਿ ਜਿਨ੍ਹਾਂ ਨੇ ਪਾਕਿਸਤਾਨ ਨੂੰ ਰਵਾਇਆ ਸੀ ਅੱਜ ਉਹ ਆਪਣੇ ਮੁਲਕ ਦੇ ਅੰਦਰ ਰੋਣ ਨੂੰ ਮਜਬੂਰ ਹੋ ਗਏ ਨੇ ਅੱਜ ਉਹ ਆਪਣੇ ਮੁਲਕ ਦੇ ਅੰਦਰ ਖੜ੍ਹੇ ਹੋ ਕੇ ਉਹਨਾਂ ਪੁਲਿਸ ਦੀਆਂ ਗਾਲਾਂ ਜਿਹੜੀਆਂ ਕਿਹਾ ਗੰਦੀਆਂ ਬੇਇੱਜ਼ਤੀ ਕੀਤੀ ਉਹ ਗਾਲਾਂ ਸ਼ਾਇਦ ਬਰਦਾਸ਼ਤ ਕਿਸੇ ਤੋਂ ਨਹੀਂ ਹੋ ਰਹੀਆਂ ਔਰ ਉਹ ਅੱਥਰੂ ਬਣ ਕੇ ਬਾਹਰ ਆਉਂਦੀਆਂ ਪਈਆਂ ਨੇ ਵੀ ਕਿਉਂ ਧੱਕਾ ਕੀਤਾ ਗਿਆ ਸੋ ਬਾਬਾ ਜੀ ਪਰ ਅਸੀਂ ਤੁਹਾਨੂੰ ਬੇਨਤੀ ਕਰਦੇ ਹਾਂ ਇਸ ਤਰ੍ਹਾਂ ਕੋਈ ਨਹੀਂ ਜੰਗ ਲੜਦਿਆਂ ਬਹੁਤ ਕੁਛ ਹੁੰਦਾ ਹੈ ਆਪਾਂ ਹਾਰਨਾ ਨਹੀਂ ਆਪਣੇ ਹੌਸਲੇ ਬੁਲੰਦ ਰੱਖਣੇ ਆ ਆਪਾਂ ਜਿੱਤ ਕੇ ਆਉਣਾ ਹੈ ਜਿਨ੍ਹਾਂ ਉਹਨਾਂ ਨੇ ਆਪਣਾ ਜ਼ੋਰ ਲਾ ਲਿਆ ਆਪਾਂ ਆਪਣਾ ਜ਼ੋਰ ਲਾ ਲਿਆ ਉਹਨਾਂ ਜ਼ੋਰ ਲਾ ਕੇ 10 ਦਿਨ ਰੱਖ ਕੇ ਦੇਖ ਲਿਆ ਅੰਦਰ ਆਪਾਂ ਜ਼ੋਰ ਲਾ ਕੇ ਬਾਹਰ ਕੱਢ ਕੇ ਦੇਖ ਲਿਆ ਤਕੜੇ ਰਹਿਣਾ ਹੈ ਅਸੀਂ ਤੁਹਾਡੇ ਬੱਚੇ ਅਸੀਂ ਵੀ ਤੁਹਾਡੇ ਆਸ਼ੀਰਵਾਦ ਸਦਕੇ ਹਾਂ ਸਾਡੇ ਕੋਲ ਜਿਹੜਾ ਮਨੋਬਲ ਮਿਲ ਜਾਏ ਜਿਹਨੂੰ ਤੁਹਾਡੇ ਵਰਗੇ ਬਜ਼ੁਰਗਾਂ ਵੱਲ ਵੇਖਦੇ ਹਾਂ ਤਾਂ ਹੀ ਸਾਨੂੰ ਹਿੰਮਤ ਮਿਲਦੀ ਆ ਸੋ ਤੁਸੀਂ ਤਕੜੇ ਰਹੋ ਜੇ ਤਕੜੇ ਬਿਲਕੁਲ ਸੋ ਲਗਾਤਾਰ ਮਨਜਿੰਦਰ ਸਿੰਘ ਸਿਰਸਾ ਹੁਣ ਵੀ ਖੜੇ ਨੇ ਬਹੁਤ ਸਾਰੇ ਲੋਕ ਜਿਹੜੇ ਨਾਲ ਖੜੇ ਨੇ ਬਾਪੂ ਡਟ ਕੇ ਹੌਸਲਾ ਨਾ ਛੱਡਿਓ ਹੁਣ ਘਰ ਜਾਣਾ ਹੈ ਧਰਨੇ 'ਚ ਜਾਣਾ ਕਿੱਥੇ ਜਾਣਾ ਅੱਗੇ ਫਿਰ ਜਿੱਥੇ ਮਰਜ਼ੀ ਭੇਜ ਦਿਓ ਤਾਂ ਤੁਹਾਡੇ ਨਾਲ ਬਹੁਤ ਵੱਡੀ ਸਟੇਟਮੈਂਟ ਹੈ ਇਹ ਵੀ ਪਰ ਜਦੋਂ ਗ੍ਰਿਫਤਾਰੀ ਹੋਈ ਸਰਦਾਰ ਗੁਰਮੁਖ ਸਿੰਘ ਜੀ ਹੁਣਾਂ ਨਾਲ ਵੀ ਅਸੀਂ ਗੱਲ ਕੀਤੀ ਉਹ ਕਹਿੰਦੇ ਕਿ ਉੱਥੋਂ ਕੁੱਟਿਆ ਵੀ ਸਾਨੂੰ ਕਿ ਤੁਸੀਂ ਕੀ ਲੈਣ ਆਏ ਹੋ ਇਹਨਾਂ ਦੀਆਂ ਬਾਹਾਂ ਬਾਹਾਂ ਮਰੋੜੀਆਂ ਨੇ ਬਹੁਤ ਹਾਂ ਉਮਰ ਦਾ ਲਿਹਾਜ਼ ਤਾਂ ਹੋਣਾ ਚਾਹੀਦਾ ਘੱਟੋ ਘੱਟ ਕਿਉਂਕਿ ਇਹਨਾਂ ਦੀ ਉਮਰ 80 ਸਾਲ ਤੁਹਾਡੀ ਵੀ 70 ਸਾਲ ਦੇ ਕਰੀਬ ਹੈ ਸ਼੍ਰੀ ਸਾਹਿਬ ਸਾਡੇ ਹੁਣ ਵੀ ਕੋਈ ਥਾਣੇ ਪਿਆ ਤੁਹਾਨੂੰ ਕੀ ਕਿਹਾ ਜਾਂਦਾ ਸੀ ਜਦੋਂ ਗ੍ਰਿਫਤਾਰ ਕਰਨ ਆਏ ਆ ਤੁਸੀਂ ਪੁੱਛਿਆ ਹੋਊਗਾ ਤੁਹਾਨੂੰ ਕੀ ਕਿਹਾ ਗਿਆ ਕਿਉਂ ਲੈ ਕੇ ਜਾ ਰਹੇ ਆ ਵਜ੍ਹਾ ਤਾਂ ਪੁੱਛੀ ਹੋਣੀ ਤੁਸੀਂ ਵਜ੍ਹਾ ਕੁਛ ਨਹੀਂ ਉਹਨਾਂ ਨੇ ਕਿਹਾ ਵੀ ਤੁਸੀਂ ਬਰਾੜੀ ਗਰਾਊਂਡ ਕਿਉਂ ਨਹੀਂ ਛੱਡਦੇ ਤੁਹਾਨੂੰ ਇਹ ਕਿਹਾ ਬਰਾੜੀ ਗਰਾਊਂਡ ਤਾਂ ਬਰਾੜੀ ਗਰਾਊਂਡ ਦੇ ਅੰਦਰ ਸੀਗੇ ਇਹਨਾਂ ਤੁਸੀਂ ਗਰਾਊਂਡ ਕਿਉਂ ਨਹੀਂ ਛੱਡਦੇ
ਲਾਲ ਕਿਲੇ ਦਾ ਬਾਬਾ ਜੀ ਕਿੰਨੇ ਲੋਕ ਸੀਗੇ ਉਸ ਵੇਲੇ ਨੌ ਲੋਕ ਅੱਠ ਸੀਗੇ ਉਸ ਟਾਈਮ ਅੱਛਾ ਇੱਕ ਬਾਅਦ ਚ ਮੁੰਡਾ ਬਾਅਦ ਚ ਉਹਦੇ ਨੌ ਲੋਕ ਲਾਲ ਕਿਲੇ ਦਾ ਕੋਈ ਜ਼ਿਕਰ ਹੋਇਆ ਸੀ ਉਸ ਟਾਈਮ ਲਾਲ ਕਿਲੇ ਦੇ ਜਾਣ ਬਾਰੇ ਕੋਈ ਗੱਲਬਾਤ ਹੋਈ ਸੀਗੀ ਨਾ ਉਸ ਬਾਰੇ ਕੋਈ ਗੱਲ ਨਹੀਂ ਲੋਕ ਉਹੀ ਸੀਗੇ ਜਿਹੜੇ ਨੀਚੇ ਬਰਾੜੀ ਬੈਠੇ ਸੀਗੇ ਫੋਰਸ ਉਹੀ ਤੁਹਾਨੂੰ ਉੱਥੇ ਲੱਗੀ ਹੋਈ ਉਹੀ ਮਿਲਦੀ ਰਹੀ ਹੁਣ ਲੰਗਰ ਵੀ ਛਕਦੇ ਰਹੇ ਤੁਹਾਡੇ ਕੋਲੇ ਆ ਕੇ ਦਿੱਲੀ ਕਮੇਟੀ ਨੇ ਵੀ ਲੰਗਰ ਲਾਇਆ ਸੀ ਪਾਕਿਸਤਾਨ ਯੂਨੀਅਨ ਚ ਵੀ ਆਪਣੀ ਅੰਮ੍ਰਿਤਸਰ ਚ ਤੇ ਬਾਕੀ ਆਪਣਾ ਗੁਰਦੁਆਰੇ ਦੀ ਸੇਵਾ ਉੱਥੋਂ ਚਾਹ ਪਾਣੀ ਲਾ ਕੇ ਪੁਲਿਸ ਨੂੰ ਵੀ ਪੈਂਦੇ ਰਹੇ ਆਪਣੇ ਕਿਸਾਨਾਂ ਨੂੰ ਉਹੀ ਪੁਲਿਸ ਜਿਹੜੀ ਚਾਹ ਪਾਣੀ ਪੀਂਦੀ ਰਹੀ ਉੱਥੇ ਤੁਸੀਂ ਦੇਖੋ ਅਫਸੋਸ ਹੋਣਾ ਬੜਾ ਜਾਇਜ਼ ਆ ਜਿਹੜੇ ਲੋਕਾਂ ਦਾ ਤੁਸੀਂ ਲੰਗਰ ਛਕਦੇ ਜੇ ਕਹਿੰਦੇ ਜਿਸਕੀ ਖਾਈ ਹੈ ਬਾਜਰੀ ਉਸਕੀ ਬਰੀ ਹੈ ਹਾਜ਼ਰੀ ਕੋਈ ਬੰਦਾ ਇੰਨੀ ਬੇਸ਼ਰਮ ਔਰ ਇੰਨਾ ਆਸਾਨ ਫਰਾਮੋਸ਼ ਔਰ ਇੰਨਾ ਇਕਰਤ ਤਨ ਕਿਵੇਂ ਹੋ ਸਕਦਾ ਹੈ ਕਿ ਜਿਹੜੇ ਬਜ਼ੁਰਗ ਤੁਹਾਨੂੰ ਲੱਕੜਾਂ ਪਾੜ ਪਾੜ ਕੇ ਅੱਗ ਬਾਲ ਬਾਲ ਕੇ ਉੱਥੇ ਲੰਗਰ ਛਕਾਉਂਦੇ ਰਹੇ ਤੁਹਾਨੂੰ ਚਾਹਵਾਂ ਛਕਾਉਂਦੇ ਰਹੇ ਤੁਸੀਂ ਯਾਰ ਉਹਨਾਂ ਦੇ ਡੰਡੇ ਵਰਾ ਰਹੇ ਜੀ ਯਾਰ ਡੰਡਾ ਮਾਰਨ ਤੋਂ ਪਹਿਲਾਂ ਤੁਹਾਡੀ ਆਤਮਾ ਨੇ ਤੁਹਾਨੂੰ ਦੁਰੇ ਲਾਂਤਾਂ ਨਹੀਂ ਪਾਈਆਂ ਦੁਰੇ ਲਾਂਤਾਂ ਪਾਈਆਂ ਹੋਣਗੀਆਂ ਅਸੀਂ ਆਤਮਾ ਤੇ ਬਰਾੜੀ ਮੈਦਾਨ ਤੋਂ ਜਿੱਦਾਂ ਇਹਨਾਂ ਨੇ ਦੱਸਿਆ ਦੋਨਾਂ ਬਜ਼ੁਰਗਾਂ ਨੇ ਵੀ ਉੱਥੋਂ ਗ੍ਰਿਫਤਾਰ ਕੀਤਾ ਗਿਆ ਬਰਾੜੀ ਮੈਦਾਨ ਤੇ ਸਰਕਾਰ ਵੀ ਚਾਹੁੰਦੀ ਸੀ ਉੱਥੇ ਬੈਠੋ ਨਹੀਂ ਤੇ ਉੱਥੇ ਬੈਠੇ ਸੀ ਇੱਥੇ ਰਾਤ ਨੂੰ 7:30 ਵਜੇ ਦਾ ਟਾਈਮ ਹੈ ਰਾਤੀ 7:30 ਵਜੇ ਉੱਥੇ ਰੋਟੀ ਖਾਂਦੇ ਰੋਟੀ ਖਾਂਦੇ ਚੁੱਕ ਲਿਆ ਇਸ ਦੇ ਬਾਵਜੂਦ ਉੱਥੋਂ ਕਿਉਂ ਚੱਕੇ ਨਹੀਂ ਪਰ ਤੁਸੀਂ ਦੇਖ ਰਹੇ ਜਿਹੜੇ ਬਾਕੀ ਆਉਣਗੇ ਸਭ ਦਾ ਹੀ ਆ ਜਿੰਨੇ ਬਾਹਰ ਆਉਣਗੇ ਇਹਨਾਂ ਨੂੰ ਮਿਲਦੇ ਸੀ ਅੰਦਰ ਵੀ 35 ਲੋਕ ਸੀ ਸਾਰਿਆਂ ਦਾ ਹੀ ਹਾਲ ਆ ਕੋਈ ਵੀ ਬੰਦਾ ਅੰਦੋਲਨ ਦੇ ਅੰਦਰ ਅੰਦੋਲਨ ਚ ਕੋਈ ਨਹੀਂ ਚੁੱਕਿਆ ਅਦਾਲਤ ਦੇ ਵਿੱਚ ਜਦੋਂ ਇਹ ਸਵਾਲ ਉਠਾਇਆ ਉਹ ਤਾਂ ਕੀ ਦਲੀਲ ਸੀ ਅਸੀਂ ਬਾਬਾ ਜੀ ਦੇ ਬਾਰੇ ਜਦੋਂ ਦੱਸਿਆ ਵੀ ਉਹ ਫਾਰਮਰ ਆਰਮੀ ਮੈਨ 70 ਸਾਲ 80 ਸਾਲ ਦੀ ਉਮਰ ਆ ਤੁਹਾਨੂੰ ਲੱਗਦਾ ਕਿ ਉਹ ਦੇਸ਼ ਵਿਰੋਧੀ ਹੋ ਸਕਦੇ ਨੇ ਜਾਈ ਸਾਹਿਬ ਦਾ ਵੀ ਇਹ ਗੱਲ ਮੰਨਣੀ ਸੀਗੀ ਔਰ ਫਿਰ ਇਹ ਗੱਲ ਕਹੀ ਕਿ ਤੁਸੀਂ ਦੇਖੋ ਇਹਦੇ ਅੰਦਰ ਕੇਸ ਕਿਹਦੇ ਅਗੇਂਸਟ ਆ ਪੁਲਿਸ ਦੇ ਅਗੇਂਸਟ ਤੇ ਤੁਹਾਨੂੰ ਲੱਗਦਾ ਕਿ ਪੁਲਿਸ ਨੂੰ ਇਨਫਲੂਐਂਸ ਕਰ ਲੈਣਗੇ ਅਗਰ ਬਾਹਰ ਆ ਜਾਣਗੇ ਤੇ ਜੱਜ ਨੇ ਇਸ ਗੱਲ ਨੂੰ ਮੰਨਿਆ ਕਿ ਇੱਕ ਆਰਮੀ ਮੈਨ ਦੇ ਉੱਤੇ ਇਸਾਂ ਦੀ ਤਸ਼ੱਦਦ ਕਰਦੇ ਪਏ ਜੇ ਜੇਲ੍ਹਾਂ 'ਚ ਰੱਖਣਾ ਕੀ ਮਤਲਬ ਆ ਉਹਨਾਂ ਦਾ ਇਸੇ ਕਰਕੇ ਜਮਾਨਤ ਲਈ ਜਾਂਦਾ ਇਸ ਤਰ੍ਹਾਂ ਦਬਾ ਲੈਣਗੇ ਜੀ ਅੰਦੋਲਨ ਨੂੰ ਤੁਸੀਂ ਦੇਖ ਹੀ ਲਓ ਉਹਨਾਂ ਕਹਿੰਦੇ ਜਿੱਥੇ ਮਰਜ਼ੀ ਜਿੱਥੇ ਲੈ ਕੇ ਜਾਣਗੇ ਉੱਥੇ ਜਾਵਾਂਗੇ ਅੰਦੋਲਨ ਤੋਂ ਦਬਾਉਣ ਤਾਂ ਜੇ ਸਾਡੇ ਲੋਕ ਬਾਹਰ ਆ ਕੇ ਰੋਂਦੇ ਹੁੰਦੇ ਕਹਿੰਦੇ ਨਾ ਜੀ ਦੁਬਾਰਾ ਨਹੀਂ ਜ਼ਿੰਦਗੀ 'ਚ ਅੰਦੋਲਨ 'ਚ ਜਾਣਾ ਇਹਦੇ ਪੁੱਛਦੇ ਪਏ ਨੇ ਦੱਸੋ ਕਿੱਥੇ ਚੱਲਦਾ ਪਿਆ ਕਿੱਥੇ ਚੱਲਣਾ ਨਹੀਂ ਦਬਾ ਸਕਦੇ ਜ਼ੋਰ ਲਾ ਲੈਣ 10 ਦਿਨ ਅੰਦਰ ਰੱਖ ਲਿਆ ਫਿਰ 10 ਦਿਨ ਹੋਰ ਕਿਹਨੂੰ ਰੱਖ ਲੈਣਗੇ ਕਿੰਨੇ ਦਿਨ ਰੱਖੋਗੇ ਇਤਨਾ ਜੇਲ੍ਹਾਂ ਡੱਕਿਆ ਕਦੇ ਅੰਦੋਲਨ ਨਹੀਂ ਰੋਕੇ ਜਾ ਸਕਦੇ ਅੰਦੋਲਨ ਹੋਵੇ ਪਾਣੀ ਹੋਵੇ ਹਵਾ ਹੋਵੇ ਇਹ ਲੋਕ ਆਪਣਾ ਰਸਤਾ ਲੱਭ ਲੈਂਦੇ ਨੇ ਅੰਦੋਲਨਕਾਰੀ ਨੂੰ ਤੁਸੀਂ ਦਬਾ ਨਹੀਂ ਸਕਦੇ ਡਰਾ ਨਹੀਂ ਸਕਦੇ ਹੌਸਲਾ ਜੀ ਹੌਸਲਾ ਕਿਸ ਤਰ੍ਹਾਂ ਇਸ ਵੇਲੇ ਅੰਦਰ ਅੰਦਰ ਕੀ ਕਹਿੰਦੇ ਨੇ ਕਹਿੰਦਾ ਜਵਾਨ ਹੌਸਲਾ ਕਿਵੇਂ ਅੰਦਰ ਅੰਦਰ ਤਾਂ ਬਿਲਕੁਲ ਠੀਕ ਹੈ ਅੰਦਰ ਕੋਈ ਕਿਸੇ ਨੂੰ ਕੁਮਾਰਾ ਨਹੀਂ ਚੜ੍ਹਦੀ ਕਲਾ ਚੋਂ ਇਸ ਵੇਲੇ ਅੰਦਰ ਨੌਜਵਾਨਾਂ ਨਾਲ ਜਾਂ ਹੋਰ ਲੋਕਾਂ ਨਾਲ ਵੀ ਗੱਲ ਹੋਈ ਬਾਕੀ ਹੋਰ ਲੋਕਾਂ ਨਾਲ ਵੀ ਅੰਦਰ ਗੱਲ ਹੋਈ ਹੋਣੀ ਤੁਹਾਡੀ ਕਹਿੰਦੇ ਬਾਕੀ ਲੋਕ ਵੀ ਜਿਹੜੇ ਜੇਲ੍ਹ ਦੇ ਅੰਦਰ ਬੈਠੇ ਸਾਰਾ ਕੁਝ ਵਧੀਆ ਅੰਦਰ ਬਿਲਕੁਲ ਬੈਠੇ ਆ ਉਹ ਕਹਿੰਦੇ ਅਸੀਂ ਬਹੁਤ ਤੰਗ ਆ ਜਿਹੜੀਆਂ ਲਾਈਟਰੀ ਨਾ ਓਵਰ ਫਲੋ ਟੁੱਟੀਆਂ ਅੰਦਰੋਂ ਕੋਈ ਬਾਹਰ ਨਹੀਂ ਕਰ ਸਕਦਾ ਜਿਵੇਂ ਭੇਡਾਂ ਬੱਕਰੀਆਂ ਚਾੜੀਆਂ ਹੁੰਦੀਆਂ ਜਿਵੇਂ ਭੇਡਾਂ ਬੱਕਰੀਆਂ ਚਾੜੀਆਂ ਹੋਈਆਂ ਆਏ ਚਾੜੇ ਹੋਏ ਆ ਜਿੱਥੇ ਚੱਕੀਆਂ ਦੇ ਵਿੱਚ ਸਾਨੂੰ ਰੱਖਿਆ ਜਿੱਥੇ ਦੋ ਬੰਦਿਆਂ ਦੀ ਜਗ੍ਹਾ ਉੱਥੇ ਖਾਸ ਬੰਦਿਆਂ ਨੂੰ ਕਬੂਤਰ ਚਾੜੇ ਹੁੰਦੇ ਆ ਇਸ ਤਰ੍ਹਾਂ ਚਾੜਿਆ ਹੋਇਆ ਔਰ ਬਹੁਤ ਮੰਦੀ ਭਾਸ਼ਾ ਬੋਲਦੇ ਆ ਹਾਂ ਬੋਲਦੇ ਇਹ ਲੋਕ ਬੋਲਦੇ ਡੰਡੇ ਇਸੇ ਦਬੇਗੇ ਡੰਡੇ ਮਾਰਦੇ ਦੇਖ ਰਹੇ ਹੋ ਤੁਸੀਂ।